ਅੱਤਵਾਦੀਆਂ ਨੂੰ ਲੱਭਦਾ ਹੋਇਆ ਇਹ ਪੰਜਾਬੀ ਜਵਾਨ ਹੋਇਆ ਸ਼ਹੀਦ। ਇਨਪੁਟ ਮਿਲਣ ਤੋਂ ਬਾਅਦ ਜਵਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਸਰਚ ਅਭਿਆਨ। ਜਵਾਨਾਂ ਨਾਲ ਭਰੀ ਗੱਡੀ ਜਾ ਡਿੱਗੀ ਡੂੰਘੀ ਖਾਈ 'ਚ। ਦੱਸ ਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਵੱਡਾ ਹਾਦਸਾ ਹੋ ਗਿਆ ਜਿਸ ਦੇ ਵਿੱਚ ਪੰਜਾਬ ਦਾ ਇਹ ਜਵਾਨ ਸ਼ਹੀਦ ਹੋ ਗਿਆ। ਤਾਂ ਅੱਤਵਾਦੀਆਂ ਨੂੰ ਮਿਲਣ ਦੀ ਇਨਪੁਟ ਮਿਲੀ ਸੀ ਜਿਸ ਨੂੰ ਲੈ ਕੇ ਇੱਕ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ। ਤਾਂ ਇਹ ਫੌਜੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹਨਾਂ ਅੱਤਵਾਦੀਆਂ ਨੂੰ ਲੱਭਣ ਜਾ ਰਿਹਾ ਸੀ। ਤਾਂ ਇੱਕ ਡੂੰਘੀ ਖੱਡ ਦੇ ਵਿੱਚ ਇਹਨਾਂ ਦੀ ਗੱਡੀ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਇਹ ਜਵਾਨ ਸ਼ਹੀਦ ਹੋ ਗਿਆ। ਤਾਂ ਹੁਣ ਇਸ ਦੀ ਮ੍ਰਿਤਕ ਦੇਹ ਹੈ ਜਿਹੜੀ ਇਸ ਦੇ ਜੱਦੀ ਪਿੰਡ ਪਹੁੰਚੀ ਹੈ। ਤਾਂ ਇਸ ਦੇ ਘਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਇੱਕ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਆਪਣੀ ਯੂਨਿਟ ਦੇ ਵਿੱਚ ਗਿਆ ਸੀ। ਤਾਂ ਉਸਨੇ ਕੱਲ੍ਹ ਸ਼ਾਮੀ ਹਲੇ ਪਰਿਵਾਰ ਦੇ ਨਾਲ ਵੀਡੀਓ ਕਾਲ 'ਤੇ ਗੱਲ ਵੀ ਕੀਤੀ ਸੀ। ਤਾਂ 6 ਵਜੇ ਦਾ ਕਰੀਬ ਸਮਾਂ ਸੀ ਜਦੋਂ ਗੱਡੀ ਦਾ ਇਹ ਹਾਦਸਾ ਹੋ ਗਿਆ ਜਿਸ ਦੇ ਵਿੱਚ ਇਹ ਜਵਾਨ ਸ਼ਹੀਦ ਹੋ ਗਿਆ। ਤਾਂ ਪਿੱਛੇ ਆਪਣੇ ਦੋ ਛੋਟੇ ਛੋਟੇ ਬੱਚੇ ਅਤੇ ਪਤਨੀ ਛੱਡ ਗਿਆ। ਤਾਂ ਇਹ ਹੁਣ ਉਸਦੇ ਪਿੰਡ ਦੀਆਂ ਤਸਵੀਰਾਂ ਆਈਆਂ ਨੇ ਜਿੱਥੇ ਪੂਰਾ ਪਿੰਡ ਇਕੱਠਾ ਹੋ ਗਿਆ। ਤਾਂ 1 ਮਹੀਨੇ ਪਹਿਲਾਂ ਹੀ ਇਹ ਜਵਾਨ ਛੁੱਟੀ ਕੱਟ ਕੇ ਗਿਆ ਸੀ ਅਤੇ ਆਪਣੀ ਯੂਨਿਟ ਦੇ ਨਾਲ ਜੁੜ ਗਿਆ ਸੀ। ਤਾਂ ਇਹਨਾਂ ਨੂੰ ਇੱਕ ਇਨਪੁੱਟ ਮਿਲੀ ਸੀ ਕਿ ਕਿਤੇ ਅੱਤਵਾਦੀ ਲੁਕੇ ਹੋਏ ਨੇ। ਤਾਂ ਉਹਨਾਂ ਨੂੰ ਲੱਭਣ ਦੇ ਲਈ ਇਹਨਾਂ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਸੀ ਜਿੱਥੇ ਇਹਨਾਂ ਦੀ ਗੱਡੀ ਦਾ ਹਾਦਸਾ ਹੋ ਜਾਂਦਾ ਹੈ ਅਤੇ ਡੁੱਗੀ ਖੱਡ ਦੇ ਵਿੱਚ ਡਿੱਗਦੀ ਹੈ ਜਿਸ ਕਾਰਨ ਇਹ ਫੌਜੀ ਜਵਾਨ ਸ਼ਹੀਦ ਹੋ ਗਿਆ। ਸਾਡੇ ਛੋਟਾ ਬੇਟਾ ਹੈ ਜੀ ਵਰਕੀ ਸਿੰਘ, ਦੱਸ ਸਾਨੂੰ ਰਾਤੀ 8:09 ਵਜੇ ਫੋਨ ਆਇਆ ਵਾ ਕਿ ਸਾਹਿਬ ਨੇ ਕੀਤਾ ਪ੍ਰੈਸ਼ਨ ਤੇ ਜਾਂਦਿਆਂ ਗੱਡੀ ਇਹਨਾਂ ਦੀ ਫਟ ਗਈ ਆ, ਇਹਨਾਂ ਦੀ ਸ਼ਹੀਦੀ ਪ੍ਰਾਪਤ ਕੀਤੀ, ਸ਼ਹੀਦੀ ਵੱਲੋਂ ਦੱਸਿਆ। ਇਹ ਜਵਾਨ ਗੁਰਪ੍ਰੀਤ ਸਿੰਘ ਅਨੰਤਨਾਗ ਡਿਊਟੀ ਕਰਦੇ ਸੀ ਅਤੇ 19 RR 'ਚ, ਅਤੇ ਚਾਚਾ ਜੀ ਸਰਦਾਰ ਲਖਵਿੰਦਰ ਸਿੰਘ ਦੇ ਬੇਟੇ ਸੀਗੇ, ਸਾਡੇ ਛੋਟੇ ਭਰਾ ਲੱਗਦੇ ਸੀ। ਅਤੇ 8:45 ਦੇ ਵਿੱਚ ਕੱਲ੍ਹ ਰਾਤ ਫੋਨ ਆਇਆ ਵਾ ਕਿ ਗੁਰਪ੍ਰੀਤ ਸਿੰਘ ਜਿਹੜਾ ਸੀਗਾ ਉਹਦੇ ਮਤਲਬ ਕਿ ਸਰਚ ਓਪਰੇਸ਼ਨ ਨੂੰ ਜਾਂਦਿਆਂ ਗੱਡੀ ਪਲਟ ਗਈ ਆ, ਅਤੇ ਟੋਟਲ 9 ਜਵਾਨ ਸੀਗੇ ਅਤੇ 8 ਜਿਹੜੇ ਸੀਗੇ ਉਹ ਇੰਜਰਡ ਨੇ, ਅਤੇ ਤੁਹਾਡੇ ਜਵਾਨ ਦੀ ਜਿਹੜੇ ਗੁਰਪ੍ਰੀਤ ਦੀ ਆ ਉਹ ਸ਼ਹੀਦ ਹੋ ਚੁੱਕਾ। ਇਹਨਾਂ ਦੀ ਉਮਰ ਕਿੰਨੀ ਸੀ? 32 ਸਾਲ ਹੋਏ। ਤੇ ਕਿੰਨੇ ਬੱਚੇ ਇਹਨਾਂ ਦੇ? 2 ਬੱਚੇ ਨੇ, ਵੱਡਾ ਬੱਚਾ 6 ਸਾਲ ਦਾ ਵਾ ਤੇ ਛੋਟਾ 3 ਸਾਲ ਦਾ ਹੋਵੇਗਾ। ਜਦੋਂ ਇਹਨਾਂ ਦੀ ਡੈਥ ਹੋਈ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਸਾਨੂੰ ਫੋਨ ਕਾਲ ਆਈ ਹੈ, ਹੈੱਡਕੁਆਟਰ ਤੋਂ ਆਈ ਹੈ, ਸ਼ਾਇਦ GCO ਸਾਹਿਬ ਹੀ ਜਾਂ ਕੋਈ ਕੰਪਨੀ ਕਮਾਂਡਰ ਕੋ ਆਫੀਸਰ ਦੇਖ ਰਹੇ ਸੀ। ਸਾਡੇ ਇਲਾਕੇ ਦੇ ਸਰਾਵਾ ਪਿੰਡ ਤੋਂ ਨੌਜਵਾਨ ਗੁਰਪ੍ਰੀਤ ਇਸ ਮੁਲਕ ਦੀ ਸਰਹੱਦਾਂ ਦੀ ਰੱਖਿਆ ਕਰਦਾ ਹੋਇਆ ਆਪਣੀ ਜਾਨ ਗਵਾਈ, ਔਰ ਮਨ ਦੁਖੀ ਔਰ ਉਦਾਸ ਹੈ ਕਿਉਂਕਿ ਇੱਕ ਸਧਾਰਨ ਘਰ 'ਚੋਂ ਬੱਚਾ ਜਿੱਥੇ ਕੇਵਲ ਆਪਣੀ ਨੌਕਰੀ ਲਈ ਨਹੀਂ ਬਲਕਿ ਉਹਦੇ ਮਨ ਦੇ ਵਿੱਚ ਇੱਕ ਜਜ਼ਬਾ ਹੁੰਦਾ ਇਸ ਮੁਲਕ ਦੀ ਜਪ ਸ਼ਕਤੀ ਔਰ ਇਸ ਮੁਲਕ ਨੂੰ ਹਿਫਾਜ਼ਤ ਰੱਖਣ ਲਈ, ਉਹ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਪਰ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸੀ। ਕੁਛ ਘੰਟੇ ਪਹਿਲਾਂ ਉਹਨੇ ਜਿਸ ਵਕਤ ਸਰਚ ਓਪਰੇਸ਼ਨ 'ਤੇ ਜਾਣਾ ਸੀਗਾ ਅਤੇ ਉਹਨੇ ਆਪਣੇ ਘਰ ਦੇ ਵਿੱਚ ਆਪਣੇ ਵੈਪਨ ਦੀ ਆਪਣੇ ਉਸ ਟਰੱਕ ਦੀ ਵੀਡੀਓ ਫੋਟੋ ਵੀ ਪਾਈ ਕਿ ਦੇਖੋ ਮੈਂ ਇਸ ਮੁਲਕ ਦੇ ਰਕਸ਼ਾ ਵਾਸਤੇ ਇਸ ਮੁਲਕ ਦੀ ਸਰਹੱਦਾਂ ਨੂੰ ਮਹਿਫੂਜ਼ ਰੱਖਣ ਲਈ ਮੈਂ ਸਰਚ ਓਪਰੇਸ਼ਨ 'ਤੇ ਜਾ ਰਿਹਾ।
ਔਰ ਅਨੰਤਨਾਗ ਦਾ ਏਰੀਆ ਸੀ, ਉੱਥੇ ਉਹ ਗੱਡੀ ਜਿਹੜੀ ਆ ਉਹ ਦੇਖ ਕੇ ਉਸ ਨੌਜਵਾਨ ਸਦਾ ਲਈ ਸਾਡੇ ਤੋਂ ਵਿਛੜ ਗਿਆ। ਉਹ ਸਾਡੇ ਤੋਂ ਛੋਟਾ ਸੀ, ਬਹੁਤ ਅਜੀਤ ਸੀ। ਔਰ ਇਹ ਦੋਨੋਂ ਪਰਿਵਾਰ ਮੇਰੇ ਬਹੁਤ ਸਾਹ ਲਖਵਿੰਦਰ ਸਿੰਘ ਹੋਣੀ ਔਰ ਗੁਰਪ੍ਰੀਤ ਦੀ ਵਾਈਫ ਜਿਹੜੀ ਆ ਉਹ ਸਰਦਾਰ ਤਰਸੇਮ ਸਿੰਘ ਹੋਣਾਂ ਦੀ ਬੇਟੀ ਆ ਬਰਸੋਲੇ ਤੋਂ। ਸੋ ਦੋਵੇਂ ਪਰਿਵਾਰਾਂ ਨੂੰ ਅੱਜ ਇੱਕ ਬਹੁਤ ਵੱਡਾ ਤੂਫਾਨ ਦਾ ਸਾਹਮਣਾ ਕਰਨਾ ਪੈ ਰਿਹਾ। ਮੈਂ ਸਮਝਦਾ ਕਿ ਅਸੀਂ ਲੋਕ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਇਹ ਜ਼ਰੂਰ ਸਿੱਖ ਲੈਣੀ ਚਾਹੀਦੀ ਆ ਕਿ ਅਸੀਂ ਮਿਲ ਕੇ ਸਮਾਜ ਨੂੰ ਕੁਛ ਨਾ ਕੁਛ ਵਾਪਸ ਕਰੀਏ। ਜਿਹੜੀ ਸਾਡੀ ਪ੍ਰਵਿਰਤੀ ਸਮਾਜ ਤੋਂ ਹਮੇਸ਼ਾ ਲੈਣ ਦੀ ਬਣ ਗਈ ਆ ਉਹਨੂੰ ਖਤਮ ਕਰਦੇ ਹੋਏ ਸਮਾਜ ਨੂੰ ਵਾਪਸ ਕਰੀਏ। ਦਿਲ ਦੀਆਂ ਗਹਿਰਾਈਆਂ ਤੋਂ ਉਸ ਪਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਪਰਿਵਾਰ ਨੂੰ ਮੈਂ ਇਹੋ ਹੀ ਬੇਨਤੀ ਕਰੂੰਗਾ ਸਮਾਜ ਨੂੰ ਵੀ ਕਿ ਇਸ ਪਰਿਵਾਰ ਨੂੰ ਖੜ੍ਹਾ ਕਰਨਾ। ਇਸ ਪਰਿਵਾਰ ਨੂੰ ਮਿਲ ਕੇ ਉਸ ਬੱਚੇ ਨੂੰ ਵਾਪਸ ਤਾਂ ਨਹੀਂ ਲਿਆ ਸਕਾਂਗੇ ਪਰ ਉਹਨਾਂ ਦੇ ਦੁੱਖ ਨੂੰ ਜ਼ਰੂਰ ਮਿਲ ਕੇ ਘਟਾਵਾਂਗੇ। ਔਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਸ ਗੱਲ ਲਈ ਵਚਨਬੱਧ ਆ ਕਿ ਉਸ ਨੂੰ ਦੁੱਖ ਨੂੰ ਘਟਾਉਣ ਲਈ ਜੋ ਕਰ ਸਕਾਂਗੇ ਕਰਾਂਗੇ। ਔਰ ਮੈਂ ਅਪੀਲ ਵੀ ਕਰੂੰਗਾ ਕਿ ਉਸ ਸ਼ਹੀਦ ਦੇ ਨਾਂ ਦੇ ਉੱਪਰ ਪਿੰਡ ਦੇ ਵਿੱਚ ਕੋਈ ਉਸਾਰੀ ਵੀ ਜਾਵੇ, ਕੋਈ ਸਟੇਡੀਅਮ ਦਾ ਜਾਂ ਹੋਰ ਐਸੀ ਇਮਾਰਤ ਬਣਾ ਕੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉੱਥੋਂ ਪ੍ਰੇਰਣਾ ਲੈ ਸਕਣ। ਧੰਨਵਾਦ।